ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਉਹ ਅੱਡੀ ਖਬਰ ਆ ਰਹੀ ਹੈ ਜੀ ਖੁਸ਼ਖਬਰੀ 1 ਮਾਰਚ ਲਈ ਹੋ ਗਿਆ ਇਹ ਵੱਡਾ ਲਾਨ ਤਾਜ਼ਾ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਵੇਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਟੋਲ ਪਲਾਜੇ ਤੇ ਲੰਬੀਆਂ ਲਾਈਨਾਂ ਨੂੰ ਮੁਸ਼ਕਲ ਤੋਂ ਬਚਾਉਣ ਦੇ ਲਈ ਸਮੇਂ ਦੀ ਘਟ ਵਰਤੋਂ ਦੇ ਲਈ ਕੇਂਦਰ ਸਰਕਾਰ ਵੱਲੋਂ ਟੋਲ ਟੈਕਸ ਦੇਣ ਦੇ ਲਈ ਫਾਸਟ ਟੈਗ ਸਿਸਟਮ ਸ਼ੁਰੂ ਕੀਤਾ ਗਿਆ ਜਿਸ ਦੇ ਨਾਲ ਵਾਹਨ ਚਾਲਕ ਦਾ ਸਮਾਂ ਬਚਦਾ ਹੈ ਟੋਲ ਟੈਕਸ ਦੇ ਪੈਸੇ ਉਸ ਦੇ ਫਾਸਟ ਟੈਗ ਦੇ ਜ਼ਰੀਏ ਕੱਟੇ ਜਾਣਗੇ ਵਾਹਨ ਚਾਲਕ ਕੋਲੇ ਫਾਸਟ ਟੈਗ ਦੀ ਸਹੂਲਤ ਹੁੰਣ ਤੇ ਵਾਹਨ ਦਾ ਸਮਾਂ ਅਤੇ ਤੇਲ ਵੀ ਬਚੇਗਾ ਉਸ ਨੂੰ ਟੋਲ ਪਲਾਜ਼ੇ ਤੇ ਵਧੀਹਰਾ ਟਾਈਮ ਦੇਣ ਦੀ ਜ਼ਰੂਰਤ ਵੀ ਨਹੀਂ ਹੋਵੇਗੀ 1 ਮਾਰਚ ਤੋਂ ਵੱਡਾ ਐਲਾਨ ਹੋ ਗਿਆ ਦੇਸ਼ ਦੇ ਅੰਦਰ 1 ਮਾਰਚ ਤੋਂ ਫਾਸਟ ਟੈਗ ਪੂਰੀ ਤਰ੍ਹਾਂ ਲਾਜ਼ਮੀ ਕਰ ਦਿੱਤਾ ਗਿਆ ਹੈ ਦੇਸ਼ ਦੇ ਅੰਦਰ 15 ਫਰਵਰੀ 2021 ਦੀ ਅਧੀ ਰਾਤ ਤੋਂ ਸਾਰੇ ਟੋਲ ਪਲਾਜ਼ਿਆਂ ਤੇ ਫਾਸਟ ਟੈਗ ਭੁਗਤਾਨ ਕਰਨਾ ਜ਼ਰੂਰੀ ਕਰ ਦਿੱਤਾ ਹੈ ਲਾਗੂ ਕੀਤੇ ਗਏ ਇਸ ਐਲਾਨ ਦੇ ਨਾਲ 2 ਦਿਨਾਂ ਦੇ ਵਿੱਚ 2.5 ਲੱਖ ਤੋਂ ਵੱਧ ਫਾਸਟ ਟੈਗ ਵਿਕ ਚੁੱਕੇ ਨੇ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ ਦੇ ਵੱਲੋਂ ਇਹਨਾਂ ਟੋਲ ਪਲਾਜ਼ਿਆਂ ਨੂੰ ਉੱਪਰ ਵੰਡਣਾ ਸ਼ੁਰੂ ਕਰ ਦਿੱਤਾ ਹੈ ਹੁਣ ਦੇਸ਼ ਦੇ ਅੰਦਰ ਇਸਤੀ ਵਰਤੋਂ ਕਰਨ ਵਾਲੇ ਯੂਜ਼ਰ ਨੈਸ਼ਨਲ ਅਤੇ ਸਟੇਟ ਹਾਈਵੇਜ਼ ਦੇ 777 ਟੋਲ ਪਲਾਜ਼ਿਆਂ ਦੇ ਉੱਤੇ 1 ਮਾਰਚ 2021 ਤੱਕ ਇਸ ਪੇਸ਼ਕਸ਼ ਦਾ ਫਾਇਦਾ ਮੁਫਤ ਦੇ ਵਿੱਚ ਲੈ ਸਕਦੇ ਨੇ ਤੇ ਫਾਸਟ ਟੈਗ ਪ੍ਰਾਪਤ ਕਰ ਸਕਦੇ ਨੇ ਇਹ ਇਹਨਾਂ ਯੂਜ਼ਰ ਦੇ ਲਈ ਰਾਹਤ ਭਰੀ ਖਬਰ ਹੈ ਜਿਨ੍ਹਾਂ ਨੇ ਹਜੇ ਤੱਕ ਫਾਸਟ ਟੈਗ ਦੀ ਸਹੂਲਤ ਜਿਹੜੀ ਪ੍ਰਾਪਤ ਨਹੀਂ ਕੀਤੀ ਅਧਿਕਾਰੀਆਂ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਫਾਸਟ ਟੈਗ ਜਰੀਏ ਭੁਗਤਾਨ ਤਕਰੀਬਨ 87% ਦੀ ਤੱਕ ਪਹੁੰਚ ਚੁੱਕਾ ਹੈ ਇਸ ਯੋਜਨਾ ਨੂੰ ਅੱਗੇ ਵਧਾਉਣ ਦੇ ਲਈ 1 ਮਾਰਚ 2021 ਤੱਕ ਟੋਲ ਪਲਾਜ਼ਾਂ ਦੇ ਉੱਪਰ ਮੁਫਤ ਦੇ ਵਿੱਚ ਫਾਸਟ ਟੈਗ ਦਿੱਤੇ ਜਾ ਰਹੇ ਹਨ ਉੱਥੇ ਹੀ ਅਗਰ ਕਿਸੇ ਨੇ ਟੋਲ ਪਲਾਜ਼ਾ ਤੇ ਤਕਨੀਕੀ ਖਰਾਬੀ ਆਉਂਦੀ ਹੈ ਤਾਂ ਯੂਜ਼ਰ ਫਾਸਟ ਟੈਗ ਦਾ ਭੁਗਤਾਨ ਕੀਤੇ ਬਿਨਾ ਅੱਗੇ ਜਾ ਸਕਦੇ ਹਨ ਇਸ ਵਾਸਤੇ ਯੂਜ਼ਰ ਨੂੰ ਫਾਸਟ ਟੈਗ ਦੇ ਵਿੱਚ ਜਿਹੜਾ ਬੈਲੈਂਸ ਹੋਣਾ ਲਾਜ਼ਮੀ ਆ ਸੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਬਿਗ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਗਈ ਆ ਧੰਨਵਾਦ